ਅਸਲਾਮ ਅਲੈਕਮ ਜੀ ਅੱਛਾ ਜੀ ਆਈ ਦੀ ਵੀਡੀਓ ਸ਼ੁਰੂ ਕਰੀਏ ਔਰ ਪੇਜ ਨੰਬਰ ਹੈ 903 903 ਠੀਕ ਹੈ ਇੱਥੇ ਗੱਲ ਕਰਨ ਲੱਗੇ ਆ ਜੀ ਸਸਪੈਂਸਿਓਨੀ ਸਸਪੈਂਸਿਓਨੀ ਕੀ ਹੁੰਦਾ ਹੈ ਸਸਪੈਂਸ਼ਨ ਯਾ ਆਹ ਦੇ ਨੇ ਗੱਡੀ ਦੇ ਸ਼ਾਖ ਹੁੰਦੇ ਨੇ ਉਹਨਾਂ ਨੂੰ ਆਹਦੇ ਨੇ ਠੀਕ ਹੈ ਤਸਵੀਰ ਵੇਖ ਲੀਨੀ ਆ ਇਸ ਤਰ੍ਹਾਂ ਥੋੜਾ ਆਸਾਨੀ ਨਾਲ ਸਮਝ ਆ ਜਾਏਗਾ ਅੱਛਾ ਜੀ ਆੜੀ ਤੁਹਾਨੂੰ ਤਸਵੀਰ ਨਜ਼ਰ ਆ ਰਹੀ ਹੈ ਇਹ ਜਿਹੜੇ ਨੇ ਇਹ सਸਪੈਂਸ਼ਨ ਹੀ ਨੇ ਗੱਡੀ ਦੇ ਸ਼ਾਖ ਨੇ ਠੀਕ ਹੈ ਇਹ ਕਿੱਥੇ ਲੱਗੇ ਹੁੰਦੇ ਨੇ ਟਾਇਰ ਤੇ ਬਾਡੀ ਦੇ ਵਿੱਚ ਲੱਗੇ ਹੁੰਦੇ ਨੇ ਉਧਰੋਂ ਇਹ ਟਾਇਰ ਨਾਲ ਲੱਗੇ ਹੁੰਦੇ ਨੇ ਠੀਕ ਹੈ ਉਧਰੋਂ ਬਾਡੀ ਨਾਲ ਲੱਗੇ ਹੁੰਦੇ ਨੇ ਇਹਦਾ ਕੰਮ ਕੀ ਹੁੰਦਾ ਹੈ ਕਿ ਗੱਡੀ ਚਲਾਉਂਦਿਆਂ ਹੋਇਆਂ ਜਾਂ ਜਿਹੜਾ ਗੱਡੀ ਚਲਾ ਰਿਹਾ ਹੈ ਜਾਂ ਜਿਹੜੇ ਬੰਦੇ ਗੱਡੀ ਦੇ ਵਿੱਚ ਬੈਠੇ ਨੇ ਉਹ ਗੱਡੀ ਜਦੋਂ ਚੱਲਦੀ ਹੈ ਜਿਹੜੇ ਕੋਈ ਜੰਪ ਸ਼ੰਪ ਜਾਂ ਟਾਇਰ ਟੋਏ ਹੋਏ ਡਿੱਗਦੇ ਨੇ ਸੜਕ ਖਰਾਬ ਹੋਣ ਦੀ ਵਜ੍ਹਾ ਤੋਂ ਤੇ ਉਹ ਜੰਪ ਨਹੀਂ ਲੱਗਦੇ ਠੀਕ ਹੈ ਔਰ ਸਫਰ ਬੰਦਾ ਆਰਾਮ ਨਾਲ ਕਰ ਸਕਦਾ ਹੈ ਇਤਨੀ ਥਕਾਵਟ ਨਹੀਂ ਹੁੰਦੀ ਕਿਦੀ ਵਜਾ ਤੋਂ ਸਿਰਫ ਇਹਦੀ ਵਜਾ ਤੋਂ ਐਡੇ ਸ਼ਾਹ ਨੇ ਸਸਪੈਂਸਿਓਨੀ ਨੇ ਠੀਕ ਹੈ ਤੇ ਦੂਸਰਾ ਇਹ ਇਹਦੀ ਵਜਾ ਤੋਂ ਜਿਹੜੀ ਟਾਇਰਾਂ ਦੀ ਗ੍ਰਿਪ ਹੁੰਦੀ ਹੈ ਪਕੜ ਹੁੰਦੀ ਹੈ ਉਹ ਵੀ ਸਹੀ ਹੁੰਦੀ ਹੈ ਕਿਉਂਕਿ ਸਪ੍ਰਿੰਗ ਹੁੰਦਾ ਹੈ ਔਰ ਸਪ੍ਰਿੰਗ ਟਾਇਰ ਨੂੰ ਉੱਤੋਂ ਥੱਲੇ ਦਬਾ ਕੇ ਰੱਖਦਾ ਹੈ ਠੀਕ ਹੈ ਜਦੋਂ ਜੰਪ ਲੱਗਦਾ ਹੈ ਔਰ ਜੰਪ ਲੱਗਣ ਦੀ ਵੇਲੇ ਟਾਇਰ ਥੱਲੇ ਜਾਂਦਾ ਫਿਰ ਉੱਤੇ ਆਉਂਦਾ ਔਰ ਜਦੋਂ ਉੱਤੇ ਆਉਂਦਾ ਫਿਰ ਉਹਨੂੰ ਜਲਦੀ ਨਾਲ ਸਪ੍ਰਿੰਗ ਥੱਲੇ ਦਬੰਦਾ ਤੇ ਉਹ ਸੜਕ ਨਾਲ ਚਿਪਕ ਕੇ ਰਹਿਣਾ ਹੈ ਠੀਕ ਹੈ ਇੱਕ ਇਹਦਾ ਇਹ ਵੀ ਫਾਇਦਾ ਬਾਕੀ ਫਿਰ ਮਜ਼ੀਦ ਚੀਜ਼ਾਂ ਆਉਣ ਦੀਆਂ ਇੱਥੇ ਵੀ ਥੋੜਾ ਇੱਕ ਇਹ ਵੀ ਤਸਵੀਰ ਹੈ ਇਹਨੂੰ ਵੇਖ ਲਓ ਠੀਕ ਹੈ ਇਹ ਚੀਜ਼ ਜਿਹੜੀ ਹੈ ਚਲੋ ਜੀ ਸ਼ੁਰੂ ਕਰਨੇ ਆ ਪਹਿਲਾ ਸਵਾਲ ਲੇ ਸੁਸਪੈਂਸ਼ਨ ਜਿਹੜੇ ਸ਼ਾਖ ਨੇ ਦੀ ਉਨ ਵਹੀਕੂਲਾ ਮੋਟੋਰੇ ਇੰਜਨ ਵਾਲੀ ਗੱਡੀ ਦੇ ਸੋਨੋ ਪੋਸ ਤੇ ਕਹਿੰਦੇ ਮੌਜੂਦ ਨੇ ਜਾਂ ਕਹਿ ਲੋ ਕਿ ਲੱਗੇ ਨੇ ਤਰਾ ਇਲ ਤੇ ਲਾਇਓ ਬਾਡੀ ਦੇ ਵਿੱਚ ਇਹ ਲੇ ਰੋਤੇ ਤੇ ਟਾਇਰਾਂ ਦੇ ਵਿੱਚ ਮਤਲਬ ਬਾਡੀ ਔਰ ਟਾਇਰਾਂ ਦੇ ਦਰਮਿਆਨ ਇਹ ਲੱਗੇ ਨੇ ਵੇਰੋ ਤੇ ਲਾਇਓ ਬਾਡੀ ਨੂੰ ਆਖਦੇ ਨੇ ਰੋਤੇ ਟਾਇਰ ਠੀਕ ਹੈ ਦੂਸਰਾ ਲੇ ਸਸਪੈਂਸੀਓਨੀ ਦੀ ਉਨ ਵਹੀਕੂਲਾ ਮੋਟੋਰੇ ਜਿਹੜੇ ਇੰਜਨ ਵਾਲੀ ਗੱਡੀ ਦੇ ਸ਼ਾਹ ਨੇ ਸੈਰਵੋਨੋ ਕਹਿੰਦਾ ਇਹ ਚਾਹੀਦੇ ਹੁੰਦੇ ਨੇ ਜਾਂ ਕਹਿ ਲੋ ਕਿ ਇਹਨਾਂ ਦੀ ਜ਼ਰੂਰਤ ਹੁੰਦੀ ਏ ਆ ਗਰੰਟੀ ਰੇ ਉਨ ਬਨ ਕੰਫੋਰਟ ਦੇ ਮਾਰਚਾ ਕਹਿੰਦੇ ਇਸ ਚੀਜ਼ ਦੀ ਗਰੰਟੀ ਹੁੰਦੀ ਏ ਉਨ ਬਨ ਕੰਫੋਰਟ ਕੰਫੋਰਟ ਦੇ ਮਾਰਚਾ ਵਿੱਚ ਸਫ਼ਰ ਜਿਹੜਾ ਆਰਾਮ ਦੇ ਹੁੰਦਾ ਏ ਏਸੀ ਦੀ ਗਰੰਟੀ ਹੁੰਦੀ ਜਾਂ ਕਹਿ ਲੋ ਗਰੰਟੀ ਦੇ ਦਿੰਦੇ ਨੇ ਵੇਰੋ ਉਹ ਹੋ ਸਕਦਾ ਥੋੜਾ ਬਹੁਤ ਨਾਲ ਜਿਹੜਾ ਸ਼ੋਰ ਆਵੇ ਕਿਉਂਕਿ ਪਿੱਛੇ ਪੰਖਾ ਚੱਲੇ ਆ ਗਰਮੀ ਜ਼ਿਆਦਾ ਇਸ ਵਜ੍ਹਾ ਤੋਂ ਜਿਹੜਾ ਨਹੀਂ ਪੰਖਾ ਚਲਾਣਾ ਪਿਆ अच्छा जी इतें लफा है ग्रंथीरे ग्रंथीरे जड़ा सैपरे वेरो ते चार फालसो ने ठीक है फालसो दो जड़े ने कु चिंतरारे न ठीक है दो एक सोलो ना न एक जोड़ा पेदाले लेना ठीक हो गया कौन चिंतरा पहले लिख लेना लिखे पहले इस तो नहीं कि ज़्यादा लंबे हो जाने कौन ठीक है? है जी ਲੇ ਸੁਸਪੈਂਸਿਯੋਨੀ ਜਿਹੜੇ ਸ਼ਾਖ ਨੇ ਦੀਉਨ ਵੈਕੁਲਵਾ ਮੋਟੋਰੇ ਇੰਜਨ ਵਾਲੀ ਗੱਡੀ ਦੇ ਸੇਰ ਵਨੋ ਆ ਗਰੰਟੀ ਰੇ ਕਹਿੰਦਾ ਗਰੰਟੀ ਦਿੰਦੇ ਨੇ ਕੇਲੇ ਰੋਤੇ ਰਿਮਾਂਗੋਨੋ ਅਦਰੈਂਤੀ ਕਿ ਜੇ ਟਾਇਰ ਨੇ ਰਿਮਾਂਗੋਨੋ ਅਦਰੈਂਤੀ ਚਿਪਕ ਕੇ ਰਹਿਂਦੇ ਨੇ ਅਲਫੋਂਦੋਸਟਰਾਡਲੇ ਸੜਕ ਦੇ ਨਾਲ ਵੇਰੋ ਜੀ ਇਹ ਜਿਹੜੇ ਸ਼ਾਖ ਨੇ ਇਸ ਚੀਜ਼ ਦੀ ਵੀ ਗਰੰਟੀ ਦਿੰਦੇ ਨੇ ਕਿ ਗੱਡੀ ਦੇ ਟਾਇਰ ਸੜਕ ਦੇ ਨਾਲ ਚਿਪਕ ਕੇ ਰਹਿਣ ਦੇ ਅੱਛਾ ਜੀ ਇੱਥੇ ਵੀ ਲਫ਼ਜ਼ ਇੱਕ ਆਇਆ ਹੈ ਹਾਂਜੀ ਫੋਂਡੋਸਟਰਾਡਾਲੇ ਫੋਂਡੋਸਟਰਾਡਾਲੇ ਸੜਕ ਦੀ ਸਤ੍ਹਾ ਤੈਨ ਵਾਸਤੇ ਨਾ ਸੋਕਾ ਸੜਕ ਹੀ ਸਮਝੋ ਠੀਕ ਹੈ ਔਰ ਇਹ ਜਿਹੜਾ ਵੇ ਸੈਂਪਰੇ ਵੇਰੋ ਤੇ ਦੋ ਫਾਲਸੋ ਨੇ ਫਾਲਸੋ ਕਿਹਦੇ ਨਾਲ ਨੇ ਇੱਕ ਔਮੈਂਟਾ ਤੇ ਇੱਕ ਜਿਹੜਾ ਵੇ ਤੁੱਟਣਾ ਅਧ੍ਰੈਂਤੀ ਚਿਪਕਣਾ ਰਿਮਾਂਗੋ ਨੂੰ ਰਹਿਣਾ ਚਿਪਕ ਕੇ ਰਹਿਣਾ ਤੇ ਗਰੰਤੀ ਦੇ ਫੇਰਾਇਆ ਚੌਥਾ ਲੇ ਸਪੈਂਸਿਓਨੀ ਦੀ ਉਨ ਵੇਹਿਕੂਲੋ ਅਮੋਟੋਰੇ ਜਿਹੜੇ ਇੰਜਨ ਵਾਲੀ ਗੱਡੀ ਦੇ ਸ਼ਾਖ ਨੇ ਸਹਿਰਵਨੋ ਕਹਿੰਦਾ ਹੀ ਨਾ ਜ਼ਰੂਰਤ ਹੁੰਦੀ ਏ ਅਸਮੋਰਸਾਰੇ ਲੀ ਉਰਤੀ ਟਰਸਮੇਸੀ ਕਿ ਜਿਹੜੀ ਉਰਤੀ ਤਰਸ ਮੈਸੀ ਹੁੰਦੀ ਮਤਲਬ ਕੋ ਜਿਹੜਾ ਜੰਪ ਝਟਕਾ ਲੱਗਦਾ ਉਹਨੂੰ ਸਮੁਰਸਾਰੇ ਕਰ ਲੈਂਦੇ ਨੇ ਆਪਣੇ ਅੰਦਰ ਜਜ਼ਬ ਕਰ ਲੈਂਦੇ ਨੇ ਸਮਾ ਲੈਂਦੇ ਨੇ ਦਲ ਐਸਪੇਰੀਤਾ ਦਲ ਤੇਰੇ ਨੂੰ ਜ਼ਮੀਨ ਦੇ ਸੜਕ ਦੇ ਉੱਚੇ ਨੀਵੇਂ ਹੋਣੇ ਦੀ ਵਜ੍ਹਾ ਤੋਂ ਵੇਰੋ ਜੀ ਜਿਹੜੀ ਸੜਕ ਉੱਚੀ ਨੀਵੀਂ ਹੈ ਭੱਜੀ ਟੁੱਟੀ ਹੈ ਉਹਦੀ ਵਜ੍ਹਾ ਤੋਂ ਜਿਹੜੇ ਕੋਈ ਝਟਕੇ ਉਰਤੀ ਲੱਗਦੇ ਨੇ ਕੋਈ ਜੰਪ ਝਟਕੇ ਲੱਗਦੇ ਨੇ ਉਹਨੂੰ ਕੀ ਕਰਦੇ ਨੇ ਸਮੁਰਸਾਰੇ ਕਰ ਲੈਂਦੇ ਨੇ ਠੀਕ ਹੈ ਆਪਣੇ ਅੰਦਰ ਸਮਾ ਲੈਂਦੇ ਨੇ ਮਤਲਬ ਇਹ ਜੰਪ ਸ਼ੰਪ ਨਹੀਂ ਲੱਗਣ ਦੇ ਨੇ ਜੰਪ ਘਟ ਲੱਗਦੇ ਨੇ ਵੇਰੋ ਅੱਛਾ ਜੀ ਅਸਪੇਰਿਤਾ ਦਲ ਟੇਰੇਨੋ ਸੜਕ ਦਾ ਉੱਚਾ ਨੀ ਮਾਉਣਾ ਟੁੱਟਿਆ ਪੱਜਿਆ ਕਹਿ ਲੋ ਜ਼ਮੀਨ ਦਾ ਕਹਿ ਲੋ ਸੜਕ ਦਾ ਕਹਿ ਲੋ ਇੱਕੋ ਚੀਜ਼ ਹੈ ਉਰਤੀ ਤ੍ਰਾਂਸਮੈਸੀ ਜਿਹੜੇ ਕੋਈ ਜੰਪ ਛਟਕੇ ਲੱਗਦੇ ਨੇ ਸਮੋਰ ਸਾਰੇ ਹੁੰਦੇ ਆ ਆਪਣੇ ਅੰਦਰ ਜਜ਼ਬ ਕਰ ਲੈਣਾ ਸਮਾ ਲੈਣਾ ਮਤਲਬ ਬ ਉਰਤੀ ਤ੍ਰਾਂਸਮੈਸੀ ਨੂੰ ਇੱਕ ਘਟ ਕਰ ਦਿੰਦਾ ਘਟ ਲੱਗਦੇ ਠੀਕ ਹੈ ਸੌਖਾ ਹੀ ਸਮਝ ਲਓ ਅੱਛਾ ਇਥੇ ਉਰਤੀ ਵੀ ਆਈ ਹੈ ਸੈਂਪਰੇ ਵੇਰੋ ਤੇ ਇੱਕ ਫਾਲਸੋਏ ਫਾਲਸੋਏ ਕੀਤੇ ਨਾਲੇ ਇਲਾਸਟੀਚੀ ਨਾਲ ਇੱਕ ਫਾਲਸੋਏ ਜੀ ਇਲਾਸਟੀਚੀ ਪੰਜਵਾਂ ਲੇ ਸਸਪੈਂਸਿਓਨੀ ਡੂਨ ਵੇਹਿਕੋਲੋ ਆ ਮੋਟੋਰੇ ਜਿਹੜੇ ਇੰਜਨ ਵਾਲੀ ਗੱਡੀ ਦੇ ਸ਼ਾਖ ਨੇ ਕੋਲੋਬਰਾਨੋ ਮਦਦ ਕਰਦੇ ਨੇ ਤਾਵਨ ਕਰਦੇ ਨੇ ਆ ਰੈਂਡਰੇ ਬਣਾਉਣੇ ਵਿੱਚ ਪਿਊ ਕੰਫੋਰਟੇਵੋਲੇ ਆਰਾਮ ਦੇ ਸਫਰ ਇਹ ਸਿਕੂਰਾ ਲਗੁਈਦਾ ਤੇ ਡਰਾਈਵਿੰਗ ਨੂੰ ਕਹਿੰਦਾ ਸੇਵ ਬਣਾਉਂਦੇ ਨੇ ਔਰ ਆਰਾਮ ਦੇ ਬਣਾਉਂਦੇ ਨੇ ਵੇਰੋ ਇਸ ਚੀਜ਼ੇ ਚ ਮਦਦ ਕਰਦੇ ਨੇ ਸਿਕੂਰਾ ਲਗੁਈਦਾ ਮਹਿਫੂਜ਼ ਡਰਾਈਵਿੰਗ ਪਿਊ ਕੰਫੋਰਟੇਵੋਲੇ ਜ਼ਿਆਦਾ ਆਰਾਮ ਦੇ ਰੈਂਡਰੇ ਬਣਾਣਾ ਕੋਲੋਬ੍ਰਾਨੋ ਤਾਵਨ ਕਰਨਾ ਜਾਂ ਮਦਦ ਕਰਨਾ ਕਹ ਲੋ। ਛੇਮਾ ਲੈ ਸੋਸਪੈਂਸਿਓਨੀ ਦੀ ਉਨ ਵੇਇਕੂਲੋ ਅਮੋਟੋਰੇ ਜਿਹੜੇ ਇੰਜਨ ਵਾਲੀ ਗੱਡੀ ਦੇ ਸ਼ਾਹ ਨੇ ਸੇਰਵੋਨੋ ਮੰਤਨੇਰੇ ਇਲ ਵੇਇਕੂਲੋ ਫੇਰਮੋ ਕਹਿੰਦਾ ਇਹ ਗੱਡੀ ਨੂੰ ਰੋਕ ਕੇ ਰੱਖਦੇ ਨੇ। ਆਂਕ ਕੇ ਸੁਸਟਰਾ ਦੇ ਇਂਪੈਂਡੈਂਜ਼ਾ ਝੁਕਾਓ ਵਾਲੀ ਟਲਾਂਣ ਵਾਲੀ ਸੜਕ ਦੇ ਵੀ ਉੱਤੇ ਵੀ ਫਾਲਸੋ ਜੀ। ਇਹ ਕੋਈ ਬ੍ਰੇਕ ਨਹੀਂ ਜਿਹੜੀ ਟਲਾਂਣ ਵਾਲੀ ਸੜਕ ਤੇ ਉੱਤੇ ਨੂੰ ਰੋਕ ਕੇ ਰੱਖੇ ਦੀ ਗੱਡੀ ਨੂੰ। ਇਹਦਾ ਕੰਮ ਹੁੰਦਾ ਹੈ ਕਿ ਜੰਪ ਨਹੀਂ ਲੱਗਣ ਦਿੰਦਾ ਕਿਉਂਕਿ ਸਪ੍ਰਿੰਗ ਹੁੰਦੇ ਨੇ ਠੀਕ ਹੈ ਸਿਰਫ ਸਪ੍ਰਿੰਗ ਵੀ ਨਹੀਂ ਹੁੰਦਾ ਉਹਦੇ ਵਿੱਚ ਇੱਕ ਹੋਰ ਸ਼ਾਖ ਜੇ ਹੁੰਦੇ ਨੇ ਡੰਡਾ ਜਿਹਾ ਹੁੰਦਾ ਜਿਹੜਾ ਇੱਕ ਦੂਸਰਾ ਬਣਿਆ ਦਾ ਉਹਦੇ ਅੰਦਰ ਟੁਰ ਜਾਂਦਾ ਕਿਉਂਕਿ ਉਹਦੇ ਅੰਦਰ ਪ੍ਰੈਸ਼ਰ ਹੁੰਦਾ ਉਹ ਫਿਰ ਉਸ ਡੰਡੇ ਨੂੰ ਪਕੜ ਲੈਂਦਾ ਔਰ ਆਰਾਮ ਨਾਲ ਗੱਡੀ ਉੱਤੇ ਆਉਂਦੀ ਹੈ ਸਿਰਫ ਸਪ੍ਰਿੰਗ ਹੋਵੇ ਤਾਂ ਫਿਰ ਤੇ ਗੱਡੀ ਹਿਲਦੀ ਰਹੇ ਠੀਕ ਹੈ ਜੀ ਮੰਤਨੇ ਰੇ ਰੱਖਣਾ ਇਲ ਵਾਈਕਲੋ ਫੇਰ ਮੋ ਗੱਡੀ ਨੂੰ ਰੋਕ ਕੇ ਾਂਕੇ ਸੁਸਟਰੇ ਉਨਾ ਸੜਕਾਂ ਉਤੇ ਵੀ ਇਨ ਪੈਂਡੈਂਸ ਜਿਹੜੀਆਂ ਝੁਕਾਓ ਵਾਲੀਆਂ ਨੇ ਟਲਾਂਣ ਵਾਲੀਆਂ ਨੇ ਰੇਡ ਵਾਲੀਆਂ ਨੇ ਫਾਲਸ ਹੋ ਜੀ ਇਹ ਕੰਮ ਬ੍ਰੇਕ ਦਾ ਜਿਹੜਾ ਇਹ ਦੱਸਦਾ ਪਿਆ ਲੈ ਸਸਪੈਂਸ਼ਨੀ ਸ਼ਾਹ ਦੀ ਉਨ ਵਹੀਕੁਲਾ ਮੋਟੋਰੇ ਇੰਜਨ ਵਾਲੀ ਗੱਡੀ ਦੇ ਸੋਨੋ ਇੰਜੀਨਰੇ ਪੋਸਤੇ ਕਹਿੰਦੇ ਆਮ ਤੌਰ ਤੇ ਮੌਜੂਦ ਹੁੰਦੇ ਨੇ ਸੁਲੇ ਰੋਤੇ ਅੰਤਰਯੋਰੀ ਅੱਗੇ ਵਾਲੇ ਟਾਇਰਾਂ ਉੱਤੇ ਮਾ ਲੇਕਿਨ ਨੌਨ ਸੁ ਕੁਇਲੇ ਪੋਸਟਰੀਓਰੀ ਲੇਕਿਨ ਕਹਿੰਦਾ ਪਿੱਛੇ ਵਾਲਿਆਂ ਤੇ ਕੋਈ ਨਹੀਂ ਹੁੰਦੇ ਮਤਲਬ ਅਗਲੇ ਟਾਇਰਾਂ ਤੋਂ ਹੁੰਦੇ ਨੇ ਪਿਛਲੇ ਟਾਇਰਾਂ ਤੇ ਕੋਈ ਨਹੀਂ ਹੁੰਦੇ ਫਾਲਸ ਹੋ ਜੀ ਪਿੱਛੇ ਵੀ ਹੁੰਦੇ ਨੇ ਅਠਵਾਂ ਲੇ ਸਸਪੈਂਸ਼ਨੀ ਦੀ ਉਨ ਵਹੀਕਲੋ ਆ ਮੋਟੋਰੇ ਜਿਹੜੇ ਇੰਜਨ ਵਾਲੀ ਗੱਡੀ ਦੇ ਸ਼ਾਹ ਨੇ ਸੈਰ ਵਨੋ ਆ ਇਰੀਜੀ ਦੀ ਰੇਲ ਵਹੀਕਲੋ ਕਹਿੰਦਾ ਇਰੀਜੀ ਦੀ ਰੇਲ ਵਹੀਕਲੋ ਕਰਦੇ ਨੇ ਮਤਲਬ ਗੱਡੀ ਨੂੰ ਸਖਤ ਬਣਾਉਂਦੇ ਨੇ ਇਨ ਮੋਦੋ ਇਸ ਤਰੀਕੇ ਨਾਲ che il conducente precipsa che driver mehsoos kare chiaramente cangi tarah tooti saltelamenti del veicolo jitne vi gaddi nu jump lagde ne do vuti ad irregolarita del veic del strada sadak de kharab hone di vajah to falsoji kenda e gaddi nu sakht banande ne taake driver cangi tarah mehsoos kare jitne vi sadak de kharab hone di vaje to jump lagde ne driver ohnu cangi tarah mehsoos kare falsoji ਇਕ ਗੱਡੀ ਨੂੰ ਸਖਤ ਨਹੀਂ ਬਣਾਉਂਦੇ ਕਹਿ ਲੋ ਕਿ ਨਰਮ ਬਣਾਉਂਦੇ ਨਰਮ ਬਣਾਉਣ ਤੋਂ ਮਤਲਬ ਭਈ ਇਹ ਜੰਪ ਨਹੀਂ ਲੱਗਣ ਦਿੰਦੇ ਠੀਕ ਹੈ ਫਾਲਸੋ ਅੱਛਾ ਜੀ ਇਰੇਗੂਲਾਰਿਤਾ ਦਲਸਟਰਾਦਾ ਸੜਕ ਦਾ ਖਰਾਬ ਹੋਣਾ ਤੂਤੀ ਸਲ ਸਲਟੇਲਮੇਂਟੀ ਸਲਟੇਲਮੇਂਟੀ ਜੰਪ ਪ੍ਰੇਚਪਿਸਕਾ ਮਹਿਸੂਸ ਕਰਨਾ ਫੀਲ ਕਰਨਾ ਇਰੀਜੀਦੀਰ ਐਲ ਵਹੀਕੂਲੋ ਗੱਡੀ ਨੂੰ ਸਖਤ ਬਣਾਣਾ ਸਖਤ ਬਣਾਣੇ ਤੋਂ ਮਤਲਬ ਮਤਲਬ ਇਹ ਨਹੀਂ ਕਿ ਵੀ ਪੀਡੀ ਹੋ ਗਈ ਗੱਡੀ ਵੀ ਟੁੱਟਣ ਨਹੀਂ ਲੱਗੀ ਉਹ ਸਖਤ ਨਹੀਂ ਹੈ ਜਿਹੜੇ ਜੰਪ ਵਗੈਰਾ ਲੱਗਦੇ ਨੇ ਇਹਦੇ ਵਿੱਚ ਇਸ ਤਰ੍ਹਾਂ ਦਾ ਸਖਤ ਨਾਮਾ ਲੈ ਸਸਪੈਂਸਿਓਨੀ ਦੀ ਉਨ ਵੇਇਕੂਲੋ ਅਮੋਟੋਰੇ ਜਿਹੜੇ ਇੰਜਨ ਵਾਲੀ ਗੱਡੀ ਦੇ ਸ਼ਾਹ ਨੇ ਨੌਨ ਐਂਤਰਾ ਨੋ ਇਨਫੁਨਸਿਓਨੇ ਕਾਦੇ ਨੌਨ ਐਂਤਰਾ ਨੋ ਇਨਫੁਨਸਿਓਨੇ ਵੇਲੀ ਕਾਮ ਨਹੀਂ ਕਰਦੇ ਸੁਸਤਰਾ ਦਾ ਰਿਤਲਨੀਆ ਸਿੱਧੀ ਸੜਕ ਦੇ ਉੱਤੇ ਫਾਲਸੋ ਅਗਰ ਲੱਗੇ ਨੇ ਸਹੀ ਨੇ ਤੇ ਕੰਮ ਕਰਨਗੇ ਕਿਉਂ ਨਹੀਂ ਕਰਨਾ ਅੱਛਾ ਜੀ 904 904 ਤੇ ਵੀ ਜੀ ਉਹ ਹੀ ਏ ਉਜ਼ੂਰਾ ਉਜ਼ੂਰਾ ਮਤਲਬ ਵੀ ਪੁਰਾਣੇ ਕਿਸ ਤਰ੍ਹਾਂ ਹੁੰਦੇ ਨੇ ਕਸਦੇ ਕਿਸ ਤਰ੍ਹਾਂ ਨੇ ਰੋਤੂਰਾ ਟੁੱਟਦੇ ਕਿਸ ਤਰ੍ਹਾਂ ਨੇ ਦਲੇ ਸਸਪੈਂਸ਼ਨ ਨੀੜੇ ਸ਼ਾਹ ਨੇ ਠੀਕ ਹੈ ਅੱਛਾ ਜੀ ਇਹ ਟੁੱਟਦੇ ਕਿਸ ਤਰ੍ਹਾਂ ਨੇ ਜਦੋਂ ਕੋਈ ਜ਼ੋਰ ਦਾ ਜੰਪ ਲੱਗਿਆ ਤੇ ਇਹ ਟੁੱਟ ਸਕਦੇ ਨੇ ਬਿਸ਼ੱਕ ਤੁਸੀਂ ਨਵੀਂ 0 ਮੀਟਰ ਹੋਣ ਗੱਡੀ ਲੈ ਕੇ ਆਏ ਹੋ ਰਸਤੇ ਚੋਂਦਿਆਂ ਕੋਈ ਜੰਪ ਲੱਗਦਾ ਹੈ ਕੋਈ ਜ਼ੋਰ ਦਾ ਲੱਗ ਗਿਆ ਤੇ ਇਹ ਟੁੱਟ ਸਕਦੇ ਨੇ ਲੀਕ ਹੋ ਸਕਦੇ ਨੇ ਠੀਕ ਹੈ ਕੰਮ ਕਰਨਾ ਆਪਣਾ ਛੱਡ ਸਕਦੇ ਨੇ ਠੀਕ ਹੈ ਜਾਂ ਤੁਸੀਂ ਵਜ਼ਨ ਜ਼ਿਆਦਾ ਰੱਖਿਆ مثلا ਬਿਲਕੁਲ ਸ਼ਾਖ ਜਿਹੜੇ ਨੇ ਸਸਪੈਂਸ਼ਨ ਹੀ ਠੀਕ ਨੇ ਤੁਸੀਂ ਵਜ਼ਨ ਗੱਡੀ ਉੱਤੇ ਜ਼ਿਆਦਾ ਰੱਖ ਲਿਆ ਜਿਹੜਾ ਇਹਨਾਂ ਦੀ ਕਪੈਸਿਟੀ ਤੋਂ ਜ਼ਿਆਦਾ ਹੋਵੇ ਤੇ ਫੇਰੇ ਆਰਜ਼ੀ ਤੌਰ ਤੇ ਕੰਮ ਕਰਨਾ ਛੱਡ ਜਾਣ ਦੇ ਕਿਉਂ ਉਹਨਾਂ ਤੋਂ ਉਹਨਾਂ ਦੀ ਕਪੈਸਿਟੀ ਤੋਂ ਵਜ਼ਨ ਜ਼ਿਆਦਾ ਹੋ ਗਿਆ ਤੇ ਉਹ ਨਕਾਰਾ ਹੋ ਗਏ ਨੇ ਇੱਕ ਕਿਸਮ ਦੇ ਵਜ਼ਨ ਉਤੋ ਲਾਓ ਦੇ ਤੇ ਫੇਰ ਉਹ ਠੀਕ ਹੋ ਜਾਣਗੇ ਇੱਕ ਚੀਜ਼ ਐ ਵੀ ਹੋ ਸਕਦੀ ਏ ਟੁੱਟ ਟੁੱਟਣ ਦਾ ਜਸੇ ਐ ਕੋਈ ਜੰਪ ਲੱਗਾ ਗੱਡੀ ਕਿਸੇ ਟੋਏ ਵਿੱਚ ਡਿੱਗੀ ਜ ਮਤਲਬ ਟਾਇਰ ਡਿੱਗਾ ਟੋਏ ਦੇ ਵਿੱਚ ਤੇ ਖਰਾਬ ਹੋ ਸਕਦੇ ਨੇ ਨਾ ਹੋਣ ਤੇ ਬੇਸ਼ੱਕ 20 ਸਾਲ ਨੂੰ ਚਲਦੇ ਚੱਲਣ ਠੀਕ ਹੈ ਤੇ ਇਹਨਾਂ ਦੇ ਖਰਾਬ ਹੋਣ ਨਾਲ ਕੀ ਕੀ ਹੋ ਸਕਦਾ ਹੈ ਇਹਨਾਂ ਦੇ ਖਰਾਬ ਹੋਣ ਦੇ ਨਾਲ مثلا ਚਾਰ ਸ਼ਾਖ ਨੇ ਚਵਾਂ ਟਾਇਰਾਂ ਉੱਤੇ ਲੱਗੇ ਹੈ ਅਗਰ ਇੱਕ ਵੀ ਖਰਾਬ ਹੈ ਤੇ ਗੱਡੀ ਦੀ ਜਿਹੜੀ ਰੋਡ ਗ੍ਰਿਪ ਹੁੰਦੀ ਹੈ ਪਕੜ ਉਹਦੇ ਵਿੱਚ ਮਸਲਾ ਬਣੇਗਾ ਪ੍ਰੋਬਲਮ ਆਵੇਗੀ ਸਹੀ ਗ੍ਰਿਪ ਨਹੀਂ ਰਹਿਣ ਲੱਗੀ ਔਰ ਗੱਡੀ ਕਿਸੇ ਟਾਈਮ ਇੱਕੋ ਦਮ ਜਿਹੜਾ ਨਹੀਂ ਉਹ ਇੱਧਰ ਉੱਧਰ ਵੀ ਹੋ ਸਕਦੀ ਹੈ ਥੋੜੀ ਬਹੁਤ ਅਗਰ ਕੋਈ ਇੱਕ ਸ਼ਾਖ ਵੀ ਖਰਾਬ ਹੋਵੇ ਤੇ ਕਿਉਂਕਿ ਦੂਸਰੇ ਤਿੰਨ ਠੀਕ ਨੇ ਉਹਨਾਂ ਦੀ ਪਕੜ ਸਹੀ ਹੋਵੇਦੀ सड़क के उत्तर जड़ा खराब है उस टायर की सही ग्रिप नहीं हो लगी सड़क के तो वजह तो मसले बन सकते हैं ठीक है बाकी इस तरह दोटिया मोटिया चीज़ा ने लेसोस्पेंसियोनी कहते जो शाह ने पोसोनों दिव तारे इन्े फी चैंती हो सकते हैं मतलब नकारा हो सकते हैं पेर उजूरा इस्तेमाल होने की वजह तो मतलब जो ज़्यादा घस घस के चल चल के इस्तेमाल होके कहें इस वजह तो नकारा हो सकते हैं ਉਹ ਫਿਰ ਅਵੇਰੇ ਅਵੇਰ ਸੂਬੀਤੋ ਉਰਤੀ ਜਾਂ ਕੋਈ ਉਰਤੀ ਲੱਗੀ ਕੋਈ ਜੰਪ ਲੱਗਾ ਝਟਕਾ ਲੱਗਾ ਟਰੋਪੋ ਫੋਰਥ ਹੀ ਜ਼ਿਆਦਾ ਜ਼ੋਰ ਦਾ ਫਿਰ ਵੀ ਕਹਿੰਦਾ ਇਹ ਇਨਫੀਸ਼ੀਐਂਟੀ ਹੋ ਸਕਦੇ ਨਕਾਰਾ ਹੋ ਸਕਦੇ ਵੇਰੋ ਅੱਛਾ ਜੀ ਇੱਥੇ ਲਫ਼ਜ਼ ਆਇਆ ਇੱਕ ਦਿਵੈਂਟਾਰੇ ਸੈਂਪਰੇ ਵੇਰੋ ਐ ਜ਼ੀਰੋ ਫਾਲਸ ਐ ਠੀਕ ਹੈ ਦਿਵੈਂਟਾਰ ਜਿਹੜਾ ਸੈਂਪਰੇ ਵੇਰੋ ਐ ਇਨਫੀਸ਼ੀਐਂਟੀ ਨਕਾਰਾ ਹੋ ਜਾਣਾ ਉਜ਼ੂਰਾ ਚੱਲ ਚੱਲ ਕੇ ਇਸਤੇਮਾਲ ਹੋ ਕੇ ਉਰਤੀ ਆ ਗਿਆ ਉਰਤੀ ਦੱਸਿਆ ਸੀ ਕਿ ਸੈਂਪਰੇਵੇਰੋ ਇੱਕ ਫਲਸੋ ਇਲਾਸਟੀਚੀਨਾ ਅੱਛਾ ਜੀ ਦੂਸਰਾ ਉਨ ਵਹੀਕੋ ਲੋ ਕਹਿੰਦਾ ਇਹ ਗੱਡੀ ਕੋਨ ਸਸਪੈਂਸਿਓਨੀ ਇਨੇਫੀਸ਼ੀਐਂਤੀ ਜਿਦੇ ਸ਼ਾਖ ਜਿਹੜੇ ਨਹੀਂ ਇਨੇਫੀਸ਼ੀਐਂਤੀ ਨਕਾਰਾ ਨੇ ਆ ਪ੍ਰੋਬਲੀਮੀ ਕਹਿੰਦਾ ਉਹਨੂੰ ਪ੍ਰੋਬਲਮ ਬਣੇਗੀ ਦੀ ਤੈਨੂਤਾ ਦੀ ਸਟਰਾ ਦੇ ਰੋਡ ਗ੍ਰਿਪ ਹੁੰਦੀ ਹੈ ਉਹਦੇ ਵਿੱਚ ਵੇਰੋ ਤੈਨੂਤਾ ਦੀ ਸਟਰਾ ਦਾ ਰੋਡ ਗ੍ਰਿਪ ਪਕੜ ਵੇਰੋ ਜੇਕਰ ਸ਼ਾ ਖਰਾਬ ਨਹੀਂ ਹੋ ਦੇ ਤੇ ਉਹਨੂੰ ਰੋਡ ਗ੍ਰਿਪੇ ਚ ਪ੍ਰੋਬਲਮ ਆਵੇਦੀ ਤੀਸਰਾ ਇਲ ਸੋਵਰਾ ਕਾਰੀ ਕੋ ਦਿਲ ਵੈਕੂਲੋ ਕਹਿੰਦਾ ਜੇ ਗੱਡੀ ਤੇ ਸੋਵਰਾ ਕਾਰੀ ਕੋ ਓਵਰਲੋਡਿੰਗ ਕੀਤੀ ਜੇ ਜ਼ਿਆਦਾ ਵਜ਼ਨ ਰੱਖਿਆ ਜੇ ਪੋ ਕੁੰਪੋਰਟਾਰੇ ਲਾ ਰੋਟੂਰਾ ਕਹਿੰਦੇ ਇਹਦੇ ਨਾਲ ਰੋਟੂਰਾ ਹੋ ਸਕਦਾ ਟੁੱਟ ਸਕਦਾ ਦੱਲੇ ਸਸਪੈਂਸ਼ਨ ਜਿਹੜੇ ਸ਼ਾਖ ਨੇ ਵੇਰੋ ਜੀ ਸ਼ਾਫਟ ਟੁੱਟ ਸਕਦੇ ਨੇ ਕਿਉਂਕਿ ਇੱਕ ਚੀਜ਼ ਜਿਹੜੀ ਹੈ ਉਹਦੀ ਕਪੈਸਿਟੀ ਤੁਸੀਂ ਜ਼ਿਆਦਾ ਵਜ਼ਨ ਰੱਖਿਆ ਤੇ ਫਿਰ ਉਹ ਟੁੱਟ ਸਕਦੀ ਹੈ ਚੌਥਾ ਇਲ ਸੋਬਰਾ ਕਾਰੀਕੋ ਦਲ ਵਹੀਕੋ ਜਿਹੜੀ ਗੱਡੀ ਤੇ ਓਵਰਲੋਡਿੰਗ ਹੈ ਜ਼ਿਆਦਾ ਵਜ਼ਨ ਰੱਖਦੇ ਹੋ ਪੋ ਕੋਮਪੋਰਟਾਰੇ ਲਾ ਟੈਂਪੋਰਾਨੀਆ ਇਨਫੀਸ਼ੈਂਸਾ ਕਿਨ ਟੈਂਪੋਰਾਨੀਆ ਇਨਫੀਸ਼ੈਂਸਾ ਹੋ ਸਕਦੇ ਨੇ मतलब आरजी तौर थे नकारा हो सकदे ने डले सस्पेंशन इड़े शाख ने वेरो क्यों गुस्सा वजन ज्यादा रख ਦਿੱਤਾ ओ जड़े बिल्कुल ਥੱਲੇ ਬਹਿ ਗਏ ਨੇ ਉਹਨਾਂ ਦੀ ਕਪੈਸਿਟੀ ਇਤਨੀ ਨਹੀਂ ਸੀ ਜਿਤਨਾ ਵਜ਼ਨ ਤੁਸੀਂ ਉੱਤਰ ਰੱਖ ਦਿੱਤਾ ਉਹ ਥੱਲੇ ਬਿਲਕੁਲ ਇੱਕ ਦੂਸਰੇ ਨਾਲ ਜੁੜ ਗਏ ਨੇ ਤੇ ਫਿਰ ਉਹ ਕਿਸਮ ਦਾ ਨਕਾਰਾ ਹੀ ਹੋ ਗਏ ਨੇ ਕਿਉਂਕਿ ਉਹਨਾਂ ਵਿੱਚ ਪਾਵਰ ਹੀ ਨਹੀਂ ਰਹੀ ਕਿ ਉਹ ਗੱਡੀ ਨੂੰ ਦੁਬਾਰਾ ਉੱਤਾਂ ਚੁੱਕ ਲੈਣ ਠੀਕ ਹੈ ਜੀ ਟੈਂਪੋਰੀਆ ਆਰਜੀ ਟੈਂਪਰੇਰੀ ਇਨਫੀਸ਼ੀਐਂਸ ਆ ਨਕਾਰਾ ਹੋ ਜਾਣਾ ਖਰਾਬ ਹੋ ਜਾਣਾ ਪੰਜਵਾਂ ਇਲ ਸੋਵਰਾ ਕਾਰੀ ਕੋ ਕਹਿੰਦਾ ਡੀ ਓਵਰਲੋਡਿੰਗ ਇਹ ਦਾ ਜ਼ਿਆਦਾ ਵਜ਼ਨ ਹੈ ਰਿਪੇ ਤੂ ਤੋ ਦਲ ਵਹੀਕਲ ਉਹ ਗੱਡੀ ਤੇ ਰਿਪੀਟ ਕਰਦੇ ਮਤਲਬ ਬਾਰ ਬਾਰ ਗੱਡੀ ਉਤੇ ਵਜ਼ਨ ਜ਼ਿਆਦਾ ਰੱਖਦੇ ਹੋ ਪੇ ਅੱਜ ਰੱਖਿਆ ਕੱਲ ਰੱਖਿਆ ਮਤਲਬ ਸੈਂਪਰੇ ਸਾਡੀ ਰੂਟੀਨ ਹੀ ਇਹ ਵੇ ਪੋ ਕੰਪੋਰਟਾਰੇ ਲਾ ਰਾਪੀਦਾ ਉਜ਼ੂਰਾ ਕਹਿੰਦੇ ਇਹਦੇ ਨਾਲ ਰਾਪੀਦਾ ਉਜ਼ੂਰਾ ਹੋਣ ਦੇ ਮਤਲਬ ਜਲਦੀ ਨਾਲੇ ਕਸਣਗੇ ਦਲੇ ਸਸਪੈਂਸ਼ਨ ਜਿਹੜੀ ਸ਼ਾਖ ਨੇ ਵੇਰੋ ਕਿਉਂਕਿ ਉਹ ਸਪਰਿੰਗ ਹੈ ਉਹ ਮਹੀਨਾ ਬਰਦਾਸ਼ਤ ਕਰ ਲੇਦਾ ਜਾਂ ਕੁਛ ਦਿਨ ਕਰ ਲਓ ਬਾਰ ਬਾਰ ਤੁਸੀਂ ਉੱਤੇ ਓਵਰਲੋਡਿੰਗ ਕਰਦੇ ਹੋ ਬਾਰ ਬਾਰ ਓਵਰਲੋਡਿੰਗ ਕਰਦੇ ਹੋ ਤੇ ਉਹਦੀ ਉਹ ਜਿਹੜੀ ਕਪੈਸਿਟੀ ਏ ਜਾਂ ਉਹਦੀ ਜਿਹੜੀ ਪਾਵਰ ਤਾਕਤ ਉਹ ਖਤਮ ਹੋ ਜਾਏਗੀ ਇਹ ਵਜ਼ਨ ਚੁੱਕਣ ਵਾਲੀ ਛੇਵਾ ਉਹ ਵਹੀਕਲ ਨੂੰ ਕਹਿੰਦੇ ਗੱਡੀ ਕੋਨ ਸਸਪੈਂਸਿਓਨੀ ਇਨੈਫੀਸ਼ੀਐਂਟੀ ਜੀ ਦੇ ਸ਼ਾਹ ਇਨੈਫੀਸ਼ੀਐਂਟੀ ਨੇ ਨਕਾਰਾ ਨੇ ਰਿਦੂਚੇ ਇਲ ਕੋਨਫੋਰਟ ਦੀ ਮਾਰਚਾ ਕਹਿੰਦਾ ਜਿਹੜਾ ਆਰਾਮ ਦੇ ਸਫਰ ਉਹਦੇ ਚ ਕਮੀ ਆਵੇ ਦੀ ਮਤਲਬ ਆਰਾਮ ਦੇ ਸਫਰ ਨਹੀਂ ਰਹਿਣ ਲਗਾ ਵੇਰੋ ਰਿਦੂਚੇ ਘਟ ਜਾਣਾ ਕੋਨਫੋਰਟ ਦੀ ਮਾਰਚਾ ਆਰਾਮ ਦੇ ਸਫਰ ਇਨਫੀਸ਼ੀਐਂਟੀ ਨਕਾਰਾ ਖਰਾਬ ਅੱਛਾ ਜੀ ਉੱਤੇ ਇੱਕ ਹੋਰ ਵੀ ਲਫ਼ਜ਼ ਆਇਆ ਸੀ ਪ੍ਰੋਬਲੇਮੀ ਪ੍ਰੋਬਲਮ ਹੀ ਜਿਹੜਾ ਏ ਸੈਂਪਰੇ ਫਾਲਸੋ ਤੇ ਦੋ ਵੇਰੋਂ ਨੇ ਵੇਰੋਂ ਕੀ ਦੇ ਨਾਲ ਇੱਕ ਆਉਂਦਾ ਇਨਫੀਸ਼ੀਐਂਟ ਨਾਲ ਠੀਕ ਹੈ ਇਹ ਆ ਗਿਆ ਤੇ ਦੂਸਰਾ ਜਿਹੜਾ ਆਉਂਦਾ ਪੁੱਤਰੇ ਵੇਰੋਂ ਨਾਲ ਆਉਂਦਾ ਠੀਕ ਹੈ ਜੀ ਦੂਸਰਾ ਵੇਰੋਂ ਐਵੇਂ ਇਹ ਕਹੇਵੇ ਤੇ ਦੂਸਰਾ ਹੈ ਵੇ ਸਤਵਾਂ ਉਨ ਵੈਕਕੋ ਕੋਨ ਸਸਪੈਂਸਿਯੋਨੀ ਇਨਫੀਸ਼ੀਐਂਟੀ ਕਹਿੰਦੇ ਗੱਡੀ ਦੀ ਦੇ ਸ਼ਾਖ ਨਕਾਰਾ ਨੇ ਕੋਨ ਦਾ ਮਤਲਬ ਹੁੰਦਾ ਨਾਲ ਵੀ ਗੱਡੀ ਨਾਲ ਹੈ ਸਸਪੈਂਸਿਯੋਨੀ ਇਨਫੀਸ਼ੀਐਂਟੀ ਖਰਾਬ ਸ਼ਾਹਾ ਦੇ ਨਾਲ ਨਕਾਰਾ ਸ਼ਾਹਾ ਦੇ ਨਾਲ ਮਤਲਬ ਉਹਦੇ ਸ਼ਾਖ ਖਰਾਬ ਨੇ ਠੀਕ ਹੈ ਔਮੈਨ ਦਾ ਅਫਾਟਿਕਮੈਂਟੋ ਕਹਿੰਦੇ ਇਹਦੇ ਵਿੱਚ ਫਿਰ ਥਕਾਵਟ ਵਧੇ ਦੀ ਆ ਲਗੂ ਹੀ ਦਦਲ ਕੁੰਦੂ ਚੈਂਟੇ ਡਰਾਈਵਰ ਗੱਡੀ ਚਲਾ ਰਿਹਾ ਵੇਰੋ ਜਿਹੜਾ ਬੰਦਾ ਗੱਡੀ ਚਲਾ ਰਿਹਾ ਜਾਂ ਜਿਹੜੇ ਵਿੱਚ ਬੈਠੇ ਨੇ ਇਹਦੇ ਨਾਲ ਕੀ ਹੋਵੇਗੀ ਠਕਾਵਟ ਜ਼ਿਆਦਾ ਹੋਵੇਗੀ ਕਿਉਂਕਿ ਸ਼ਾਖ ਖਰਾਬ ਨੇ ਜੰਪ ਜ਼ਿਆਦਾ ਲੱਗਣੇ ਨੇ ਛਿਟਕੇ ਲੱਗਣੇ ਨੇ ਉਹਨ ਵਹੀਕਲ ਉਹ ਗੱਡੀ ਕੌਨ ਸਸਪੈਂਸ਼ਨ ਇਨੈਫੀਸ਼ੀਐਂਟ ਜਿਹਦੇ ਸ਼ਾਖ ਖਰਾਬ ਨੇ ਪੋ ਅਵੇਰ ਕੋਮੇ ਕਨਸੇਗੁਐਂza ਅਨੋਮਾਲੋ ਓਰੀਐਂਟਮੈਂਟੋ ਕਹਿੰਦੇ ਉਹਦੀ ਅਨੋਮਲ ਓਰੀਐਂਟਮੈਂਟ ਹੋ ਸਕਦੀ ਗਲਤ ਡਾਇਰੈਕਸ਼ਨ ਹੋ ਸਕਦੀ ਏ ਦੇ ਪ੍ਰੀਓਟੋਰੀ ਆਨਾ ਬਲੀਅੰਤੀ ਆਨਾ ਬਲੀਅੰਤੀ ਲਾਈਟਾਂ ਦੀ ਵੇਰੋ ਅੱਛਾ ਜੀ ਆਨਾ ਬਲੀਅੰਤੀ ਲਾਈਟਾਂ ਪਿੱਛੇ ਵੀ ਪੜਿਆ ਸੀ ਪਿੱਛੇ ਵੀ ਪੜਿਆ ਸੀ ਆਨਾ ਬਲੀਅੰਤੀ ਲਾਈਟਾਂ ਜਿਹੜੀਆਂ ਨੇ ਮਸਲਨ ਕਰ ਲਓ ਕੇ ਠੀਕ ਹੈ ਗੱਡੀ ਐਡੀ ਲਾਈਟਾਂ ਡਾਇਰੈਕਸ਼ਨ ਇਹ ਥੱਲੇ ਨੂੰ ਹੋਵੇਗੀ ਐ ਆਨਾ ਬਲੀਅੰਤੀ ਲਾਈਟਾਂ ਸਮਝ ਲਓ ਐਦਿਲ ਇੱਕ ਮਿੰਟ ਜੀ ਠੀਕ ਹੈ ਇਹ ਸਮਝੋ ਐ ਆਨਾਬਲੀਅਨ ਦੀ ਲਾਈਟਾਂ ਦੀ ਰੋਸ਼ਨੀ ਉਹ ਥੱਲੇ ਨੂੰ ਆ ਰਹੀ ਹੈ ਠੀਕ ਹੈ ਇਹ ਸ਼ਾਖ ਲੱਗੇ ਨੇ ਇੱਥੇ ਅਗਰ ਹੁਣ ਫਾਰ ਐਗਜ਼ਾਮਪਲ ਇੱਕ ਗੱਡੀ ਦੇ ਪਿਛਲੇ ਸ਼ਾਖ ਖਰਾਬ ਹੋ ਜੇ ਇਹ ਜਿਹੜੇ ਨੇ ਸ਼ਾਖ ਖਰਾਬ ਹੋ ਜਾਂਦੇ ਪਿੱਛੋਂ ਗੱਡੀ ਨੀਵੀ ਹੋ ਜਾਏਗੀ ਜਦੋਂ ਪਿੱਛੋਂ ਨੀਵੀ ਹੋਣੀ ਹੈ ਅੱਗੋਂ ਉੱਚੀ ਹੋ ਜਾਣੀ ਹੈ ਠੀਕ ਹੈ ਇਹ ਜਿਹਨਾਂ ਆਨਾਬਲੀਅਨ ਦੀ ਲਾਈਟਾਂ ਨੇ ਪਹਿਲਾਂ ਇਹਨਾਂ ਦਾ ਮੂੰਹ ਥੱਲੇ ਨੂੰ ਸੀ ਤੇ ਜਦੋਂ ਪਿੱਛੋਂ ਨੀਵੀਂ ਹੋਣੀ ਹੈ ਅਗਲੀ ਸਾਈਡ ਤੋਂ ਉੱਚੀ ਹੋ ਜਾਣੀ ਹੈ ਫਿਰ ਇਹ ਹੋ ਜਾਣੀਆਂ ਨੇ ਸਿੱਧੀਆਂ ਇਸ ਤਰ੍ਹਾਂ ਇਹਨਾਂ ਦੀ ਰੋਸ਼ਨੀ ਇਸ ਤਰ੍ਹਾਂ ਸਿੱਧੀ ਜਾਏਗੀ ਐਸ ਵਾਸਤੇ ਉਹ ਕਹਿ ਰਿਹਾ ਹੈ ਕਿ ਇਹਨਾਂ ਦੀ ਡਾਇਰੈਕਸ਼ਨ ਗਲਤ ਹੋ ਸਕਦੀ ਹੈ ਖਰਾਬ ਸ਼ਾਖ ਹੋਣੇ ਦੀ وجہ ਤੋਂ ਵੇਰੋ ਕਿਉਂਕਿ ਜਦੋਂ ਪਿਛਲੇ ਸ਼ਾਖ ਖਰਾਬ ਹੋਏ ਨੇ ਗੱਡੀ ਪਿੱਛੋਂ ਥੱਲੇ ਬੈਹ ਜਾਣੀ ਹੈ ਤੇ ਅਗਲੀ ਸਾਈਡ ਤੋਂ ਉੱਚੀ ਹੋ ਜਾਣੀ ਹੈ ਅਨੋਮਾਲੋ ओरिएंटਮੈਂਟੋ ਗਲਤ ਡਾਇਰੈਕਸ਼ਨ ਦਈ ਪ੍ਰੋਤੋਰੀ ਆਨਾ ਅਬਲੀਅੰਤੀ ਆਨਾ ਬਲੀਅੰਤੀ ਲਾਈਟਾਂ ਦੀ ਇਲ ਸੋਵਰਾ ਕਾਰੀ ਕੋ ਦਲ ਵਹੀਕੋ ਕਹਿੰਦਾ ੜੀ ਗੱਡੀ ਤੇ ਓਵਰਲੋਡਿੰਗ ਏ ਨੋਨ ਕੋਂਪੋਰਤਾ ਪ੍ਰੋਬਲੇਮੀ ਇਹਦਾ ਨਾ ਪ੍ਰਾਬਲਮ ਨਹੀਂ ਬਣਦੀ ਕੋ ਮਸਲਾ ਨਹੀਂ ਬਣਦਾ ਫਿਰ ਲੇ ਸਸਪੈਂਸਿਓਨੀ ਜਿਹੜੇ ਸ਼ਾਹ ਨੇ ਉਹਨਾਂ ਵਾਸਤੇ ਫਾਜ਼ਲੀ ਸ਼ਾਹ ਵਾਸੀ ਤੇ ਮਸਲਾ ਬਣਨਾ ਹੈ ਕਿਉਂਕਿ ਵਜ਼ਨ ਹੀ ਸਾਰਾ ਉਹਨਾਂ ਉੱਤੇ ਹੁੰਦਾ ਸੇ ਇਲ ਸੋ ਸੇ ਵਹੀਕੋ ਕਹਿੰਦਾ ਅਗਰ ਗੱਡੀ ਇਹ ਸੋਵਰਾ ਕਾਰੀ ਕੋ ਓਵਰਲੋਡ ਹੋਈ ਏ ਫਿਰ ਐਵਿਟਾਰੇ ਪ੍ਰੋਬਲੇਮੀ ਪ੍ਰਾਬਲਮ ਤੋਂ ਬਚਾਣੇ ਦੇ ਲਈ ਫਿਰ ਲੇ ਸਸਪੈਂਸਿਓਨੀ ਸ਼ਾਹ ਨੂੰ ਇਹ ਸਫੀਸ਼ੈਂਟ ਕਹਿੰਦਾ ਕਾਫੀ ਹੋਵੇਦਾ ਆਉਮੈਂਟਾਰ ਲਾ ਪ੍ਰੈਸ਼ਨੇ ਦੀ ਪਨੀਯੂਮਾਟਿਚੀ ਕਿ ਤੁਸੀਂ ਟਾਇਰਾਂ ਦਾ ਪ੍ਰੈਸ਼ਰ ਵਧਾ ਦਿਓ ਮਤਲਬ ਟਾਇਰਾਂ ਵਿੱਚ ਹਵਾ ਵਧਾ ਦਿਓ ਦੀ ਉਨ ਬਾਰ 1 ਪੁਆਇੰਟ ਜਿਹੜਾ ਫਾਲਸੋ ਹੁਣ ਅਗਰ ਗੱਡੀ ਉਤੇ ਵਜ਼ਨ ਜ਼ਿਆਦਾ ਹੈ ਤੇ ਕਹਿੰਦਾ ਸ਼ਾਖ ਨੂੰ ਪ੍ਰੋਬਲਮ ਤੋਂ ਬਚਾਉਣੇ ਵਾਸਤੇ ਕੀ ਕਰੋ ਟਾਇਰਾਂ ਦੀ ਹਵਾ ਵਧਾ ਦਿਓ ਫਾਲਸੋ ਵਜ਼ਨ ਤੇ ਸ਼ਾਖ ਦੇ ਉੱਤੇ ਹੀ ਹੈ ਟਾਇਰਾਂ ਦੇ ਹਵਾ ਵਧਾ ਦਿੱਤੀ ਜੇ ਤੇ ਉਹਦਾ ਵਜ਼ਨ ਤੇ ਨਹੀਂ ਘਟ ਜਾਣਾ ਵਜ਼ਨ ਤੇ ਉਹ ਨਾ ਉੱਤੇ ਹੀ ਹੈ ਠੀਕ ਹੈ ਫਾਲਸੋ अच्छा जी इतर लफज आए हैं सेंपरे फालसो है, फाल अच्छा है। वेरो कोई नहीं जो सवाल च आवेदा वह सवाल गलत है अच्छा जी इत उत्ते घूमपुर लफज़ काफ़ी दफा आया है उतले वेरोच तकरीबन काफ़ी बिच्च आया सी ओमिन सॉरी घूमपुरंपुर तारे घूमपुर तारे जैपरे वेरो है ये निशानी सही लग गई है ठीक है सेंपरे वेरो तो जीरो फालसोए फालसो कोई नहीं जो सवाल च आएगा वह सवाल ठीक है ਅੱਛਾ ਜੀ ਦੇਚੇ ਇਹ ਜਿਹੜਾ 10ਵਾਂ ਫਾਲਸੋ ਪੜਿਆ ਇਹਦੇ ਵਿੱਚ ਪ੍ਰੋਬਲਮ ਹੀ ਆ ਗਿਆ ਦੱਸਿਆ ਸੀ ਸੈਂਪਰੇ ਫਾਲਸੋ ਤੇ ਦੋ ਵੇਰੋ ਇੱਕ ਜਿਹੜਾ ਹੁੰਦਾ ਹੈ ਇਨਫੀਸ਼ੀਐਂਟੀ ਨਾਲ ਤੇ ਦੂਸਰਾ ਹੁੰਦਾ ਸੀ ਪੁੱਤਰੇ ਬੇਰੋ ਨਾਲ 11ਵਾਂ ਲੇ ਸਸਪੈਂਸਿਓਨ ਡੈਲ ਵੇਹਿਕੋਲੋ ਜਿਹੜੇ ਗੱਡੀ ਦੇ ਸ਼ਾਖ ਨੇ ਦੇ ਉਹਨੂੰ ਇਸੇ ਰੇ ਸੋਸਤਿਟੂਈਤੇ ਕਹਿੰਦੇ ਇਹ ਚੇਂਜ ਹੋਣੇ ਚਾਹੀਦੇ ਨੇ ਆਲ ਚਿਰਕਾ ਓਨੀ 30 ਮਿਲਾ ਕਿਲੋਮੀਟਰ ਤਕਰੀਬਨ ਹਰ 3000 ਕਿਲੋਮੀਟਰ ਤੇ ਕਹਿੰਦੇ ਜਿਹੜੇ ਸ਼ਾਹ ਨੇ ਦੇਵ ਉਹਨੂੰ ਇਸ ਤਰ੍ਹਾਂ ਸੁਸਤਿਤ ਵੀ ਤੇ ਚੇਂਜ ਹੋਣੇ ਚਾਹੀਦੇ ਨੇ ਫਾਲਸ ਹੋ ਜੀ ਇਹ ਚੇਂਜ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਅਗਰ ਇਹ ਸਹੀ ਚੱਲਦੇ ਰਹਿਣ ਤੇ ਦਿਲ 'ਚ ਜਿੰਨੀ ਦੇਰ ਤੁਹਾਡੀ ਗੱਡੀ ਇਹ ਸਾਰੇ ਚੱਲਦੇ ਹੀ ਰਹਿਣ ਇੰਜ ਵੀ ਹੋ ਸਕਦਾ ਜਾਂ ਇੰਜ ਵੀ ਹੋ ਸਕਦਾ ਕਿ ਤੁਸੀਂ ਨਵੀਂ ਗੱਡੀ ਲੈ ਕੇ ਆਏ ਹੋ ਰਾਹ ਵਿੱਚ ਕੋਈ ਜ਼ੋਰ ਦਾ ਜੰਪ ਲੱਗ ਗਿਆ ਤੇ ਖਰਾਬ ਵੀ ਕੋਈ ਇੱਕ ਅੱਧਾ ਵਿੱਚ ਹੋ ਸਕਦਾ ਠੀਕ ਹੈ ਇਹਦੇ ਕੋਈ ਕਿਲੋਮੀਟਰ ਨਹੀਂ ਹੁੰਦੇ ਵੀ ਇੰਨੇ ਕਿਲੋਮੀਟਰ ਚਲਾਣਾ ਬਾਅਦ ਇਹ ਚੇਂਜ ਕਰਨਾ ਹੈ ਲੇ ਸਸਪੈਂਸਿਓਨੇ ਦਲ ਵੇਇਕੋਲੇ ਗੱਡੀ ਦੇ ਸ਼ਾਹ ਨੇ ਸੌਰੀ ਇਹ ਪੜ ਲਿਆ ਸੀ ਬਾਰਵਾ ਇਲ ਸੋਬਰਾ ਕਾਰੀਕੋ ਦਲ ਵੇਇਕੋਲੇ ਜਿਹੜੀ ਗੱਡੀ ਤੇ ਓਵਰਲੋਡਿੰਗ ਏ ਕੋਂਪੋਰਤਾ ਮਾਜੋਰੀ ਡਿਫਿਕੋਲਤਾ ਦੀ ਗੁਇਦਾ ਕਹਿੰਦਾ ਇਹਦੇ ਵਿੱਚ ਮਾਜੋਰੀ ਜ਼ਿਆਦਾ ਡਿਫਿਕੋਲਤਾ ਦੀ ਗੁਇਦਾ ਡਰਾਈਵਿੰਗ ਵਿੱਚ ਮੁਸ਼ਕਲ ਹੁੰਦੀ ਏ ਮੈਂ ਇੰਤਰੇ ਨੋਨ ਕੋਂਪੋਰਤਾ ਪ੍ਰੋਬਲੀਮੀ ਤੇ ਕਹਿੰਦਾ ਕੋਈ ਮਸਲਾ ਨਹੀਂ ਬਣਦਾ ਫਿਰ ਲੈ ਸਸਪੈਂਸਿਓਨੇ ਦੇ ਸ਼ਾਹ ਨੇ ਉਨਾ ਵਾਸਤੇ ਫਾਲਸੋ ਡਰਾਈਵਿੰਗ ਇਹ ਤਾਂ ਮੁਸ਼ਕਲ ਹੁੰਦੀ ਹੁੰਦੀ ਹੈ ਲੇਕਿਨ ਸ਼ਾਖਾਂ ਵਾਸਤੇ ਪ੍ਰੋਬਲਮ ਬਣਦੀ ਹੈ ਇਹ ਕਹਿੰਦਾ ਨੌਨ ਕੰਪੋਰਟਾ ਪ੍ਰੋਬਲਮ ਹੀ ਭਾਈ ਕੋਈ ਪ੍ਰੋਬਲਮ ਨਹੀਂ ਬਣਦਾ ਨਹੀਂ ਬਣਦੀ ਪਰ ਲੇ ਸਸਪੈਂਸ਼ਨੇ ਦੀ ਸ਼ਾਖ ਨੇ ਉਹਨਾਂ ਵਾਸਤੇ ਫਾਲਸੋ ਪ੍ਰੋਬਲਮ ਹੀ ਫਿਰ ਆ ਗਿਆ ਦੱਸਿਆ ਸੀ ਸੈਂਪਰੇ ਫਾਲਸੋ ਦੋ ਵੇਰੋ 13ਵਾਂ ਲੇ ਸਸਪੈਂਸ਼ਨੇ ਦੀ ਉਨ ਵਹੀਕਲ ਆ ਮੋਟੋਰੇ ਜਿਹੜੇ ਇੰਜਨ ਵਾਲੀ ਗੱਡੀ ਦੇ ਸ਼ਾਖ ਨੇ ਐਸੈਂਡੋ ਰੀਅਲਿਜ਼ਾਤੇ ਕਹਿੰਦੇ ਬਣੇ ਹੁੰਦੇ ਨੇ ਕੋਨ ਮਟੀਰੀਅਲੀ ਇਲਾਸਟਿਕੀ ਇਲਾਸਟਿਕ ਕਹਿੰਦੇ ਮਟੀਰੀਅਲ ਦੇ ਬਣੇ ਹੁੰਦੇ ਨੇ ਨੌਨ ਸੁਬੂਇਸ ਕੋ ਨੂੰ ਦਾਨ ਨਹੀਂ ਤੀਨਾਂ ਨੂੰ ਨੁਕਸਾਨ ਨਹੀਂ ਹੁੰਦਾ ਪਹਿਲੀ ਊਰਤੀ ਸੂਬੀਤੀ ਜਿਹੜੀ ਕੋਈ ਟੱਕਰ ਜੰਪ ਲੱਗਦੀ ਏ ਦੌਰਾਨ ਤੇ ਜੰਪ ਲੱਗਦਾ ਹੈ ਦੌਰਾਨ ਤੇ ਮਾਰਚਾ ਚਲਦੇ ਹੋ ਜਾਂ ਫਾਲਸ ਹੋ ਜੀ ਇਹਨਾਂ ਨੂੰ ਨੁਕਸਾਨ ਹੁੰਦਾ ਹੈ ਅੱਛਾ ਜੀ ਇੱਕ ਤੇ ਆਏ ਊਰਤੀ ਆ ਗਿਆ ਸੈਂਪਰੇ ਵੇਰੋ ਇੱਕ ਫਾਲਸੋ ਇਲਾਸਟੀਚੀ ਨਾਲ ਇਹ ਵੇਖੋ ਇਲਾਸਟੀਚੀ ਆ ਗਿਆ ਸੈਂਪਰੇ ਵੇਰੋ ਇੱਕ ਫਾਲਸੋ ਇਲਾਸਟੀਚੀ ਨੇ ਇੱਥੇ ਆ ਗਿਆ ਠੀਕ ਹੈ ਨੌਨ ਸਬੂਇਸ ਕੋਲੋਂ ਦਾਨ ਨਹੀਂ ਵੀ ਨੁਕਸਾਨ ਨਹੀਂ ਹੁੰਦਾ ਰੀਅਲਿਜ਼ਾਤੇ ਬਣੇ ਹੋਏ ਕੋਨ ਮਟੀਰੀਅਲੀ ਇਲਾਸਟੀਚੀ ਇਲਾਸਟਿਕ ਮਟੀਰੀਅਲ ਦੇ ਨਾਲ ਚੌਦਵਾਂ ਲੇ ਸਸਪੈਂਸੀਓਨੀ ਦੀ ਉਹ ਵਹੀਕਲ ਉਹ ਮਤੋਰੇ ਜਿਹੜੇ ਇੰਜਨ ਵਾਲੀ ਗੱਡੀ ਦੇ ਸ਼ਾਹ ਨੇ ਸੋਨੋ ਰੀਅਲਿਜ਼ਾਤੇ ਕਹਿੰਦਾ ਇਹ ਬਣੇ ਨੇ ਇਨ ਮੋਦੂਸ ਤਰੀਕੇ ਨਾਲ ਦਾ ਨੋ ਨਿਚੇ ਸਤਾਰੇ ਵੀ ਇਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਦੀ ਵੈਰੀਫਾਈਕੇਟ ਚੈੱਕ ਕਰਨੇ ਦੀ ਇਹ ਮਾਨੂਟੈਂਸ਼ਨ ਨਹੀਂ ਉਹ ਮਤਲਬ ਰਿਪੇਅਰ ਦੇਖਭਾਲ ਕਰਨੇ ਦੀ ਪਰ ਟੂਟਾ ਲਾ ਦੁਰਾਤਾ ਦਲਾ ਗ੍ਰਾਂਨਸੀਆ ਦਲ ਵਹੀਕੂ ਕਹਿੰਦੇ ਜਿਤਨੀ ਧੇਰ ਗੱਡੀ ਦੀ ਗਾਰੰਟੀ ਹੈ ਉਤਨੀ ਧੇਰ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਵੈਰੀਫਾਈਕੇ ਕਰਨੇ ਦੀ ਚੈੱਕ ਕਰਨੇ ਦੀ ਮਾਨੂਟੈਂਸ਼ਨ ਨਹੀਂ ਕਰਨੇ ਦੀ ਫਾਲਸੋਜੀ ਦੱਸਿਆ ਸੀ ਤੁਸੀਂ ਨਵੀਂ ਗੱਡੀ ਲੈ ਕੇ ਪਿਆਉਂਦੇ ਹੋ ਤੇ ਰਸਤੇ ਵਿੱਚ ਆਉਂਦੇ ਆ ਕੋਈ ਜ਼ੋਰ ਦਾ ਜੰਪ ਲੱਗਾ ਹੈ ਤੇ ਇਹ ਟੁੱਟ ਸਕਦੇ ਨੇ ਠੀਕ ਹੈ ਇਹਦਾ ਕੋਈ ਤੱਲਕ ਨਹੀਂ ਕਿਲੋਮੀਟਰਾਂ ਨਾਲ ਕੋਈ ਤੱਲਕ ਨਹੀਂ ਇਹਦਾ ਗੱਡੀ ਦੀ ਗਾਰੰਟੀ ਦੇ ਨਾਲ ਠੀਕ ਹੈ ਇਹਨਾਂ ਨੂੰ ਚੈੱਕ ਚੈੱਕ ਕਰ ਲੈਣਾ ਚਾਹੀਦਾ ਮਸਲਾਂ ਜਦੋਂ ਕੋਈ ਸਮਝੇ ਜੋ ਕੋਈ ਜੰਪ ਲੱਗਦਾ ਹੈ ਪਿਆ ਗੱਡੀ ਇਤਨੀ ਉਹ ਲਚਕ ਨਹੀਂ ਉਹਦੇ ਵਿੱਚ ਜੰਪ ਮਹਿਸੂਸ ਜ਼ਿਆਦਾ ਹੋ ਰਹੇ ਨੇ ਫਿਰ ਇਹਨਾਂ ਨੂੰ ਚੈੱਕ ਕਰਨਾ ਚਾਹੀਦਾ ਅੱਛਾ ਜੀ ਇੱਥੇ ਗਰੰਟੀ ਵਾਲਾ ਲਫ਼ਜ਼ ਆ ਗਿਆ ਗਰੰਟੀ ਆ ਜਿਹੜਾ ਸੈਂਪਰੇ ਫਾਲਸੋ ਤੇ ਦੋ ਵੇਰੋ ਨੇ ਵੇਰੋ ਕਿਹਦੇ ਨਾਲ ਨੇ ਪ੍ਰਵੇ ਦੇ ਨਾਲ ਪਿੱਛੇ ਆਇਆ ਸੀ ਇੱਕ ਪੂਰਾ ਪੇਜ ਸੀ ਪ੍ਰੇਵੇ ਦੇ ਅੱਛਾ ਜੀ ਹੋਰ ਨਿਚਿਸਤਾਰੇ ਨੋ ਨਿਚਿਸਤਾਰੇ ਬਈ ਕੋਈ ਜ਼ਰੂਰਤ ਨਹੀਂ ਵੈਰੀਫਿਕਾਰੇ ਚੈੱਕ ਕਰਨੇ ਦੀ ਲੈ ਸਸਪੈਂਸ਼ਨੀ ਜਿਹੜੇ ਸ਼ਾਹ ਨੇ ਨੋਨ ਕੋਲੋਬਰਾਨੋ ਇਹ ਤਾਵਨ ਨਹੀਂ ਕਰਦੇ ਜਾਂ ਕਹਿ ਲੋ ਕਿ ਮਦਦ ਨਹੀਂ ਕਰਦੇ ਹੋ ਸਕਦਾ ਇੰਡੀਆ ਜਿਹੜੇ ਤਾਵਨ ਦੀ ਕੋਸ਼ ਉਹਨਾਂ ਨੂੰ ਮੇਰੇ ਭਾਈ ਨਾ ਸਮਝ ਆਵੇ ਇਸ ਵਾਸੋਂ ਖਾ ਮਦਦ ਕਹਿ ਲੋ ਨੋਨ ਕੋਲੋਬਰਾ ਨੂੰ ਵੀ ਇਹ ਮਦਦ ਨਹੀਂ ਕਰਦੇ ਆਲਾ ਡਿਰੀ ਜਿਬਿਲੀਤਾ ਦਲ ਵੈ ਕੋਲੋ ਇਡੀ ਗੱਡੀ ਦੀ ਸਖਤੀ ਹੁੰਦੀ ਹੈ ਉਹਦੇ ਵਿੱਚ ਪਰਕੇ ਕੁਐਸਤਾ ਐ ਐਸੀਕੁਰਾਤਾ ਉਨੀਕAMENTE ਕਿਉਂ ਕਹਿੰਦਾ ਇਹ ਜਿਹੜੇ ਸਿਰਫ ਨੇ ਡੈਲੀ ਓਰਗਾਨੀ ਦੀ ਡਾਇਰੈਕਸ਼ਨ ਨੇ ਕਹਿੰਦਾ ਡਾਇਰੈਕਸ਼ਨ ਵਾਲੇ ਹਿੱਸੇ ਨੇ ਇਹ ਗੱਡੀ ਦੀ ਸਖਤੀ ਵਿੱਚ ਮਦਦ ਨਹੀਂ ਕਰਦੇ ਮਤਲਬ ਜਿਹੜੇ ਜੰਪ ਸ਼ਾਂਪ ਲੱਗਦੇ ਨੇ ਉਹਨਾਂ ਵਿੱਚ ਇਹਨਾਂ ਦਾ ਕੋਈ ਤੱਲਕ ਨਹੀਂ ਫਾਲਸੋ 16ਵਾਂ ਕੋਈ ਕਿਲੀ ਆਉਟੋ ਵੇਟੂਰੇ ਕਿਉਂਕਿ ਕਹਿੰਦਾ ਇਹਨੀਆਂ ਕਾਰਾਂ ਗੱਡੀਆਂ ਨੇ ਸੋਨੋ ਦੋਤਾਤੀ ਦੀ ਸਸਪੈਂਸ਼ਨਿ ਇਨ ਅਨੁਸ਼ਾਖ ਲੱਗੇ ਹੁੰਦੇ ਨੇ ਸੂ ਔਨੀ ਰੋਤਾ ਹਰ ਟਾਇਰ ਦੇ ਉੱਤੇ ਲਾ ਰੋਤੂਰਾ ਦੀ ਉਨਾ ਸੋਲੋ ਉਨਾ ਸੋਲਾ ਦੇਲੇ 4 ਕਹਿੰਦੇ ਚੇਮਾ ਵਿੱਚੋਂ ਉਨਾ ਸੋਲਾ ਇੱਕ ਸਿਰਫ ਟੁੱਟ ਗਿਆ ਰੋਤੂਰਾ ਹੋ ਗਿਆ ਨੋਨ ਕੋਂਪੋਰਤਾ ਪ੍ਰੋਬਲੇਮੀ ਪਰ ਕਹਿੰਦੇ ਕੋ ਪ੍ਰੋਬਲਮ ਮਸਲਾ ਨਹੀਂ ਬਣਦਾ ਫਿਰ ਲੱਗੂਈਦਾ ਡਰਾਈਵਿੰਗ ਵਾਸਤੇ ਫਾਲਸੋ ਇਹ ਚੇਮਾ ਦੇ ਵਿੱਚੋਂ ਇੱਕ ਵੀ ਟੁੱਟ ਜਾਵੇ ਖਰਾਬ ਹੋ ਜਾਵੇ ਤੇ ਡਰਾਈਵਿੰਗ ਕਰਨੇ ਵਿੱਚ ਪ੍ਰੋਬਲਮ ਆਉਂਦੀ ਏ ਕਿਉਂਕਿ ਉਹ ਸਟੇਅਰ ਦੀ ਸੜਕ ਦੇ ਉੱਤੇ ਗ੍ਰਿਪ ਨਹੀਂ ਰਹਿਣ ਲੱਗੀ ਗ੍ਰਿਪ ਘਟ ਜਾਏਗੀ ਠੀਕ ਹੈ ਮਸਲਾ ਬਣਦਾ ਡਰਾਈਵਿੰਗ ਵਿੱਚ ਲੋ ਜੀ ਆਦਿ ਲਈ ਕਾਫੀ ਹੈ ਤੇ ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ ਅੱਲਾਹ ਫੇਜ਼